ਬਾਪ ਅਤੇ ਬੇਟਾ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਮਾਂ ਮਰੀਮ ਸਾਡੀ ਸ਼ਰਧਾ, ਅੱਜ ਅਸੀਂ ਇਸ ਉੱਪਰ ਮਨਨ ਚਿੰਤਨ ਕਰਦੇ ਹਾਂ। ਸੰਤ ਪੌਲਸ ਰਸੂਲ ਲਿਖਦੇ ਹਨ, ਅਸੀਂ ਜਾਣਦੇ ਹਾਂ ਕਿ ਸਭ ਹਾਲਾਤ ਵਿੱਚ ਖੁਦਾ ਉਹਨਾਂ ਦੀ ਭਲਾਈ ਲਈ ਕੰਮ ਕਰਦਾ ਹੈ ਜਿਹੜੇ ਉਸ ਨੂੰ ਪਿਆਰ ਕਰਦੇ ਹਨ ਅਤੇ ਉਸ ਦੀ ਮਨਸ਼ਾ ਅਨੁਸਾਰ ਬੁਲਾਏ ਗਏ ਹਨ, ਕਿਉਂਕਿ ਜਿਨ੍ਹਾਂ ਨੂੰ ਉਸਨੇ ਪਹਿਲਾਂ ਤੋਂ ਜਾਣਿਆ ਹੈ ਉਹਨਾਂ ਲਈ ਉਸਨੇ ਮਿਥਿਆ ਹੈ ਕਿ ਉਸ ਦੇ ਬੇਟੇ ਦੇ ਸਰੂਪ ਅਨੁਸਾਰ ਘੜੇ ਜਾਣ, ਤਾਂ ਜੋ ਉਸਦਾ ਬੇਟਾ ਬਹੁਤਿਆਂ ਭਰਾਵਾਂ ਵਿੱਚ ਜੇਠਾ ਹੋਵੇ। ਰੋਮੀਆਂ ਨੂੰ ਖਤ 8:28-29। ਪਾਕਮਾ ਕਲੀਸੀਆ ਮਾਂ ਮਰੀਮ ਨੂੰ ਖਾਸ ਆਦਰ ਦਿੰਦੀ ਹੈ। ਕਲੀਸੀਆ ਵਿੱਚ ਉਸਦਾ ਦਰਜਾ ਉੱਚਾ ਹੈ। ਇਸ ਦੀ ਬਾਬਤ ਵੈਟੀਕਨ ਸਭਾ ਦੀ ਇੱਕ ਲਿਖਤ ਦੱਸਦੀ ਹੈ, ਮਾਂ ਦਾ ਦਰਜਾ ਆਦਰਯੋਗ, ਪਿਆਰ, ਉਹਦੀ ਸਿਫਾਰਸ਼ ਮੰਗਣ ਅਤੇ ਉਸਦੀ ਪੈਰਵੀ ਕਰਨ ਦਾ ਹੈ। ਅਸੀਂ ਮਾਂ ਮਰੀਮ ਲਈ ਖਾਸ ਸ਼ਰਧਾ ਇਸ ਲਈ ਰੱਖਦੇ ਹਾਂ ਕਿਉਂਕਿ ਖੁਦਾ ਨੇ ਉਸਨੂੰ ਖਾਸ ਫਜ਼ਲ ਪ੍ਰਦਾਨ ਕੀਤਾ, ਉਸਨੂੰ ਖੁਦਾ ਦੀ ਮਾਂ ਹੋਣ ਦਾ ਰੁਤਬਾ ਹਾਸਲ ਹੋਇਆ। ਉਸ ਮਾਂ ਨੇ ਮੁਕਤੀ ਦੇ ਇਤਿਹਾਸ ਵਿੱਚ ਅਹਿਮ ਭੂਮਿਕਾ ਨਿਭਾਈ। ਉਹ ਹੁਣ ਸਾਡੀ ਸਿਫਾਰਿਸ਼ ਕਰਦੀ ਹੈ। ਕੈਥੋਲਿਕ ਕਲੀਸੀਆ ਜੋ ਆਦਰ ਮਾਂ ਮਰੀਮ ਨੂੰ ਦਿੰਦੀ ਹੈ ਉਹ ਉਸਦੇ ਯੋਗ ਹੈ। ਅਸੀਂ ਪ੍ਰਾਰਥਨਾ ਕਰੀਏ। ਹੇ ਪ੍ਰਭੂ ਖੁਦਾ, ਤੂੰ ਮਾਂ ਮਰੀਮ ਦੀ ਸ਼ਾਨ ਵਧਾਈ ਅਤੇ ਉਸਨੂੰ ਆਲਾ ਰੁਤਬਾ ਬਖਸ਼ਿਆ। ਮਾਂ ਮਰੀਮ ਨੂੰ ਕਲੀਸੀਆ ਦੀ ਮਾਂ ਬਣਾਇਆ, ਅਸੀਂ ਉਸ ਦੀ ਪਾਕ ਸਿਫਾਰਿਸ਼ ਮੰਗਦੇ ਹਾਂ ਤਾਂ ਜੋ ਤੇਰੇ ਵਫ਼ਾਦਾਰ ਪੈਰੋਕਾਰ ਬਣੇ ਰਹੀਏ। ਹੇ ਮਾਂ ਮਰੀਮ, ਅਸੀਂ ਤੇਰੇ ਪ੍ਰਤੀ ਸੱਚੀ ਸ਼ਰਧਾ ਰੱਖਦੇ ਹਾਂ, ਤੈਨੂੰ ਆਦਰ ਦਿੰਦੇ ਅਤੇ ਪਿਆਰ ਕਰਦੇ ਹਾਂ। ਸਾਡੀ ਮਦਦ ਕਰ ਕਿ ਤੇਰੇ ਪ੍ਰਤੀ ਸਾਡੀ ਸ਼ਰਧਾ ਸਾਨੂੰ ਮਸੀਹ ਯੇਸੂ ਤੱਕ ਜਾਣ ਲਈ ਸਾਡਾ ਮਾਰਗਦਰਸ਼ਕ ਹੋਵੇ। ਮਹਾਮਾਰੀ ਦੇ ਸੰਕਟ ਦੇ ਵੇਲੇ ਉਹਨਾਂ ਸਭਨਾਂ ਦੀ ਸਿਫਾਰਿਸ਼ ਕਰ ਜੋ ਹਰ ਦਿਨ ਤੇਰੀ ਮਦਦ ਲਈ ਤੈਨੂੰ ਪੁਕਾਰਦੇ ਹਨ, ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ। ਆਮੀਨ। ਮਾਂ ਮਰੀਮ ਦਾ ਉਸਤਤ ਗੀਤ। ਉਸਤਤ ਵਿੱਚ ਗਾਉਂਦੇ ਮੇਰੀ ਆਤਮਾ ਪ੍ਰਭੂ ਦੀ, ਉਸਤਤ ਵਿੱਚ ਗਾਉਂਦੀ ਮੇਰੀ ਰੂਹ ਖੁਦਾਵੰਦ ਦੇ, ਮੇਰੀ ਰੂਹ ਖੁਦਾਵੰਦ ਦੇ ਖੁਸ਼ੀ ਮਨੋ ਵਿੱਚ ਗਾਉਂਦੀ ਪੌਂਦੇ
हाथ मेरे दा रख दाए। हंकारियां लोकां तो सदा पीछे हट दाए। ओ दी निगाह मेहर देही, ओ दी निगाह मेहर देही, दुख सब दे विच गौंदी, उस तत विच गौंदी। सलाम ए मरियम, फजल नाल परी हुई, खुदावन तेरे नाल है, तू औरतां विचों तन है, नाले तन है तेरी कुख दा फल यीशु। ए हज़रत मरियम, खुदा दी माँ, असां गुनाहगारां लई दुआ कर हुण अते साडी मौत दे वेले, आमीन। मां मरियम दे रुत मेनू पा कोई नी सकदा, मां मरियम दे रुत वेनू पा कोई नी सकदा, ओ दे वांगू बनके वी खा कोई नी सकदा, ओ दे वांगू बनके वी खा कोई नी सकदा।